ਸ੍ਰੀ ਕਾਲ ਜੀ ਸਵਾਗਤ ਹੈ ਲੋ ਜੀ ਬਾਬਿਓ ਸਵਾਗਤ ਹੈ ਤੁਹਾਡਾ ਆਪਣੇ ਘੋਰ ਨਵੇਂ ਕੈਂਟ ਦੇ ਬਲੌਗ ਦੇ ਵਿੱਚ ਲੋ ਜੀ ਬਾਬਿਓ ਤੇ ਅੱਜ ਦੇ ਬਲੌਗ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ਆਪਾਂ ਸਿਸਟਮ ਖੋਲਿਆ ਹੋਇਆ ਜਨਾ ਫਿਰ ਮਿਊਜ਼ਿਕ ਸਿਸਟਮ ਤੇ ਕਾ ਨਾਟ ਗਿਆ ਹੋਇਆ ਸੀਗਾ ਯਾਰ ਇਹਨਾਂ ਖੁੱਲ ਕੇ ਇਹ ਕਸੇ ਆਪਾਂ ਨੇ ਪੱਤੀ ਜਨਾ ਹੈਨਾ ਤੇ ਇਹਦਾ ਇੱਕ ਬੜਾ ਹਿੱਲਦਾ ਸੀਗਾ ਤੇ ਬਾਕੀ ਤੇ ਹੁਣ ਆਪਾਂ ਕਰ ਰਹੇ ਹਾਂ ਥੋੜਾ ਜਿਹਾ ਇਹਦਾ ਮਤਲਬ ਆ ਕਸਦੀ ਹੈ ਪਹਿਲਾਂ ਬੂਫਰ ਇਧਰ ਵਾਲ ਵੀ ਖੋਲਿਆ ਸੀਗਾ ਆ ਵੀ ਮੈਂ ਕਿ ਨਟ ਨਾਲ ਲੱਗਦੀ ਕਸੇ ਦੰਨੇ ਆ ਤੇ ਆਹ ਪੇਟੀ ਆਪਾਂ ਨੇ ਖੋਲ ਕੇ ਪਰਖੀ ਉਸ ਵੀ ਕਰਾ ਲਈ ਹਨ ਤੇ ਬਾਕੀ ਹੁਣ ਲੈਟਾਂ ਲੂਟਾਂ ਲਾਉਣੀਆਂ ਜੇ ਆਪਾਂ ਟਰੈਕਟਰ ਦੇ ਉੱਪਰ ਹਨਾ ਹੁੱਲੇ ਮਲੇ ਤੇ ਆਲੀ ਸ਼ੁਰੂ ਆ ਤੇ ਹੁੱਲੇ ਮਲੇ ਤੇ ਜਾਵਾਂਗੇ ਆਪਾਂ ਟਰੈਕਟਰ ਮੋਡੀਫਾਈ ਕਰੀਏ ਐਂਡਿਕਟਰ ਵੀ ਹੁੱਲੇ ਹੋਏ ਆ ਹਨਾ ਤੇ ਬਾਕੀ ਲੈਟਾਂ ਲੂਟਾਂ ਲਾਉਣੀਆਂ ਤੁਹਾਨੂੰ ਦਿਖਾਉਨੇ ਆ ਸਾਰਾ ਤੇ ਪਹਿਲਾਂ ਦੋਹੇ ਬੇਸਾਂ ਕਾਸ ਕਾਸ ਲਈਏ ਫਿਰ ਮਿਲਦਾ ਤੁਹਾਨੂੰ ਹਨਾ ਜੀ ਦੋਹੇ ਬੇਸਾਂ ਕਸਤੀਆਂ ਮਾੜਾ ਡਸਟ ਐਪ ਪਰ ਹੱਥ ਜਾ ਵੱਜ ਗਏ ਜਨ ਐਨ ਅਟ ਕਾਸ ਦਸੀਗਾ ਹਨਾ ਦੇਖੋ ਵੀ ਚੇਨ ਹੋ ਗਿਆ ਚਲੋ ਇਹਦਾ ਬੇਸ ਨਾਲ ਹੋਊਗਾ ਲੋਟ ਬਿਲਕੁਲ ਹੈ ਇਹ ਬਲੈਕ ਮੈਟ ਹਨਾ ਤੇ ਮਾੜਾ ਮਾੜਾ ਨਾ ਉਰੇ ਵੀ ਰੰਗ ਉਤਰ ਗਿਆ ਸੀਗਾ ਇਹਨਾਂ ਬਲੈਕ ਮੈਟ ਹੈ ਬਾਬੇ ਵਿੱਚੇ ਕੋਲ ਜਾਂਦੀ ਹੈ ਹਨਾ ਮਤਲਬ ਬਾਲਾ ਨਹੀਂ ਖਰ ਕੰਮ ਖਰਾਬ ਕਰਦੀ ਹੈਗੀ ਹਨਾ ਇਹ ਤਾਂ ਮੈਂ ਯਾਰ ਤਾਂ ਫੇਰ ਰਿਹਾ ਹਨਾ ਵੀ ਜਰਨ ਜੀ ਨਾ ਲੱਗੇ ਆਪਣੇ ਹਨਾ ਸਮਾਨ ਨੂੰ ਤੇ ਦੇਖੋ ਇਹਨਾਂ ਸੁੱਕ ਕੇ ਨਾ ਇਹਦੇ ਨਾਲ ਦੀ ਬਣ ਜਾਣ ਕਿ ਹਨਾ ਅੱਪਾ ਬੰਪਰ ਵੀ ਪੇਂਟ ਕਰਨਾ ਕਰੋ ਚੈੱਕ ਇੱਧਰ ਤੇ ਬਾਕੀ ਕਰਾਂਗੇ ਸਾਰਾ ਕੁਝ ਪਹਿਲਾਂ ਝਾਲੀਆਂ ਪੇਂਟ ਕਰੀਏ। ਦੇਖੋ ਤੇ ਝਾਲੀਆਂ ਐਨ ਕਰਤੀਆਂ ਤੁਹਾਨੂੰ ਪੇਂਟ ਕਰੋ ਚੈੱਕ ਤੇ ਬਾਕੀ ਫਿਰ ਕੱਢ ਦੇਣਾ ਸੁੱਕ ਲਾਣ ਦੂਰੇ ਹਨਾ। ਚੱਕੋ ਬਾਪਿਓ ਝਾਲੀਆਂ ਦੇਖੋ ਐ ਬਣ ਗਏ ਨਾ ਅੱਗ ਵਰਗੀਆਂ ਜਿਵੇਂ ਨਵੀਆਂ ਕਰੋ ਚੈੱਕ ਇੱਧਰ। ਬਾਪਿਓ ਤੇ ਆਪਾਂ ਨੇ ਝਾਲੀਆਂ ਗਸਤੀਆਂ ਦੇਖੋ ਹੁਣ ਠੀਕ ਲੱਗਦਾ ਨਾ ਡੈੱਕ। ਚੱਕੋ ਬਾਪਿਓ ਤੇ ਆਪਾਂ ਪੇਟੀ ਗਸਤੀ ਹੈ ਨਾ ਤੇ ਕਰੋ ਚੈੱਕ ਚਾਬੀ ਕੱਢਣੀ ਰਹਿ ਗਈ ਹੈ ਨਾ। ਤੇ ਹੁਣ ਦੋ ਸਪੀਕਰ ਕਸਦੇ ਆ ਆਪਣੇ ਸੋਨੀ ਦੇ ਬਾਪੇ ਸਪੀਕਰ ਇਹ ਹਨਾ ਜਾਲੀਆਂ ਹੋਰ ਲਾਈਆਂ ਹੋਈਆਂ ਕਰੋ ਚੈੱਕ ਤੇਰੇ ਜਿੰਨਾਂ ਸਪੀਕਰਾਂ ਬੜੀ ਸੋਹਣੀ ਆਵਾਜ਼ ਇਹਨਾਂ ਦੀ ਹੈ ਹਨਾ ਕੋ ਬਾਪਿਓ ਤੇ ਆਪਾਂ ਚਾਰੇ ਸਪੀਕਰ ਕਸਦੇ ਤੇ ਕਰੋ ਚੈੱਕ ਲੋ ਜੀ ਬਾਪਿਓ ਤੇ ਆਪਣੇ ਟਰੈਕਟਰ ਦੀ ਬੈਟਰੀ ਚਾਰਜ ਹੁੰਦੀ ਸੀਗੀ ਮੈਂ ਕਿਹਾ ਨੰਬਰਕਰ ਲੋਡ ਕਰਾ ਲੈ ਗਈ ਜਾ ਕੇ ਉਹਨੂੰ ਪਹਿਲਾਂ ਹਨਾ ਉਹ ਫਲੋਰੇ ਬਹੁਤ ਆ ਤੇ ਮੈਂ ਕਿਹਾ ਪਹਿਲਾਂ ਜਾ ਕੇ ਬੈਟਰੀ ਲੋਡ ਕਰਾ ਲਈਏ ਬਾਅਦ ਚ ਦੇਖਦੇ ਆ ਬਾਕੀ ਕਿਆ ਵੰਡਦਾ ਜੁੜਦਾ ਹਨਾ ਤੇ ਇਧਰ ਜਾ ਤੋ ਜੁਤਰੀਏ ਕੋਲੀ ਹੋਈ ਹੋਈ ਲੈ ਆਇਆ ਮੈਂ ਪਹਿਲਾਂ ਬ੍ਰਾਂਪਰ ਜਾ ਕੇ ਇਹਦੀ ਬੈਟਰੀ ਲੋਡ ਕਰਾ ਕੇ ਲੈ ਕੇ ਆਈਏ ਚਾਰਜ ਨਹੀਂ ਕਰਦਾ ਹੈਗਾ ਕੋਈ ਤਾਰ ਦੁਰਹੀਲੀ ਲੱਗਦੀ ਹੈ ਮੈਂ ਇਹ ਘਰਾਂਗਾ ਨੂੰ ਛੇੜਖਾਨੀ ਕਰਨੀ ਉੱਥੇ ਜਾ ਕੇ ਕਰਾ ਕੇ ਲੈ ਕੇ ਆਉਨੇ ਆਂ ਛਾਲੀ ਕਸੀ ਟੋਬਿਆਂ ਤੋਂ ਨਿਕਾ ਟੱਕਿਆਂ ਆਇਆਂ ਨਿਖਾਂਦੇ ਸੀਗੇ ਮਿਸੀਆਂ ਸਟੇਕਾਂ ਟੱਕਿਆਂ ਹੋਇਆ ਭਾਈ ਭਾਈ ਹੁੰਦੇ ਸਿਬਰੋਆ ਵਿੱਚ ਫਿਰਦੇ ਆਂ ਲੋਆ ਵਿੱਚ ਪੜਕੇ ਸਨੋਆ ਵਿੱਚ ਫਿਰਦੇ ਆਂ ਬਾਬੋ ਤੇ ਆਪਣਾ ਬੈਟਰੀ ਦਾ ਕੰਮ ਹੋਇਆ ਨਹੀਂ ਬਿਕੋਜ਼ ਅੱਜ ਸੰਡੇ ਆ ਹਨਾ ਹੁਣ ਆਪਾਂ ਲਾਈਟਿੰਗ ਇੰਕਲੂਡਿੰਗ ਕਰਦੇ ਆ ਤੇ ਆ ਆਪਾਂ ਲਾਈਟਾਂ ਹਨ ਮੇਰੇ ਕੋ ਪੰਜਾਂ ਸੀਗੀਆਂ ਮੇਰੇ ਤੇ ਕਿਹੜੀ ਤਾਰ ਹੁੰਦੀ ਨਾ ਬਚੇਪੀ ਲਵੇੜਤੀ ਵੀ ਟੁੱਟਣ ਨਾ ਤੇ ਹੁਣ ਤੁਹਾਨੂੰ ਦਿਖਾਉਣਾ ਵੀ ਕਿੱਥੇ ਲਾਉਣੀਆਂ ਇਹ ਬਈ ਉਹ ਤੇ ਉੱਥੇ ਲਾਈਆਂ ਆਪਾਂ ਲਾਈਟਾਂ ਕਰੋ ਚੈੱਕ ਹਨਾ ਉਹ ਦੇਖੋ ਲਾਤੀਆਂ ਤੇ ਹੁਣ ਆ ਇਹਨਾਂ ਦਾ ਚਾਨਣਾ ਪਤਾ ਉਰੇ ਪੌਗਾ ਡੈਕ ਦੇ ਉੱਪਰ ਤੇ ਰਾਤ ਨੂੰ ਬੜਾ ਸੋਹਣਾ ਲੱਗੂਗਾ ਹਨਾ ਇਹ ਕੰਮ ਕਰ ਤੇ ਬਾਕੀ ਹੁਣ ਤਾਰ ਦੀ ਵਾਇਰਿੰਗ ਕਰਦੇ ਆ ਤਾਰ ਦੀ ਵਾਇਰਿੰਗ ਕਰਦੇ ਆ ਲਾਈਟਾਂ ਦੀ ਵਾਇਰਿੰਗ ਕਰਦੇ ਆ ਠੀਕ ਆ ਅੱਗੇ ਬਾਬਿਓ ਤੇ ਆਪਾਂ ਨਾ ਕਰਤੀ ਵਾਇਰਿੰਗ ਤੇ ਚੱਕੋ ਇੱਥੇ ਲਾਈਆਂ ਦੋ ਲਾਈਟ ਆਪਾਂ ਨੇ ਆਹ ਹਨਾ ਤੇ ਇਹ ਬਾਬਿਓ ਮਤਲਬ ਨਾ ਆਪਣੇ ਮੂੰਹ ਪਰ ਪਾਉਗੇ ਹਨਾ ਲਾਈਟ ਬਾਬਿਓ ਜਿਹੜੀ ਆਪਣੀ ਆਹ ਤਾਰ ਆਪਾਂ ਲੈ ਕੇ ਆਏ ਆ ਹਨਾ ਤੇ ਆਪਾਂ ਨੇ ਸਪੈਸ਼ਲੀ ਲਾਈਟਾਂ ਵਾਸਤੇ ਲੈ ਕੇ ਆਏ ਆ ਹਨਾ ਤਾਰ ਵੀ ਇਹ ਬੈਟਰੀ ਕੋਲ ਤੇ ਤਾਰ ਹਨਾ ਪਿੱਛੇ ਜਾਊਗੀ ਆਪਣੀ ਵੈਸੇ ਤਾਂ ਆਪਣੀ ਆ ਵੀ ਤਾਰ ਜਾਂਦੀ ਸੀਗੀ ਹੈਨਾ ਡੈਕ ਵਾਲੀ ਇਹ ਮੈਂ ਕਿ ਡੈਕ ਵਾਲੀ ਜੋ ਕਾਹਨੂੰ ਦੇਣੀ ਹੈ ਨਾ ਮੇ ਡੈਕ ਦੀ ਵੀ ਫਿਰ ਕੱਢ ਗਈ ਉਹ ਤੇ ਕਿੰਨੀਆਂ ਵੀ ਲੱਟਾਂ ਪਰ نیچے ਲਾਉਣੀਆਂ ਤਾਹੀ ਤਾਰ ਸਭਾਲ ਲੂਗੀ ਹੈਨਾ ਤੇ ਹੈਗੇ ਆਪਣੇ 1.5 mm ਦੀ ਤੇ ਬਾਬਿਓ ਉਹਦੇ ਤੇ ਆਪਾਂ ਤਾਰ ਕੱਢ ਕੇ ਉਹਦੇ ਤੱਕ ਤਾਂ ਪਹੁੰਚ ਗਏ ਇਹਨਾਂ ਕਿਹੜੀ ਪੀਸੀਆ ਲਾਈ ਹੋਈ ਆਪਾਂ ਨੇ ਪੋਲਿਸ ਸਲਾਈਡ ਉਹਦੀ ਵਾਇਰਿੰਗ ਲੱਤੀ ਸੀ ਆਪਾਂ ਡੈਕ ਵਾਲੀ ਤਾਰ ਤੋਂ ਤੇ ਹੁਣ ਆਹ ਤਾਰ ਸੀਗੀ ਇਹਦੀ ਆਪਾਂ ਹੁਣ ਆਹੀ ਤਾਰ 'ਚ ਦਵਾਂਗੇ ਡੈਕ ਵਾਲੀ ਤਾਰ ਆਪਾਂ ਜਮਾਈ ਫ੍ਰੀ ਕਰ ਦੇਣੀ ਲੋਈ ਚੱਕੋ ਬਾਪਿਓ ਤੇ ਮੈਂ ਕਿਹਾ ਵੀ ਛਤਰੀ ਹੁਣੇ ਧੋ ਦਈਏ ਫਿਰ ਟਰੈਕਟਰ 'ਪਾ ਲੱਗੀ ਹੋਈ ਨੂੰ ਧੋ ਹੁੰਦੀ ਹੈਗੀ ਹਨਾ ਤੇ ਵੀ ਹੁਣੇ ਧੋ ਦਾਨੇ ਇਹਨੂੰ ਛਤਰੀ ਨੂੰ ਤੇ ਪਾਣੀ ਨਾਲ ਚਲੋ ਧੋ ਕੇ ਮਿਲਦਾ ਫਿਰ ਮੈਨੂੰ ਲੋ ਜੀ ਬਾਪਿਓ ਤੇ ਇੱਧਰ ਤੇ ਮੈਂ ਕਿਹਾ ਹੁਣ ਧੋ ਦਈਏ ਹਨਾ ਇੱਧਰ ਤੇ ਥੋੜੀ ਥੋੜੀ ਗੰਦੀ ਹੋਈ ਆ ਕਾਲੇ ਕਾਲੇ ਛਿੱਟੇ ਪਏ ਹੋਏ ਤੇ ਉਹਦੇ ਹਨਾ ਤੇ ਇਹਨੂੰ ਹੁਣ ਧੋ ਕੇ ਇੱਧਰ ਤੇ ਵੀ ਐਨ ਘੁੱਟ ਘੁੱਟ ਕੇ ਧੋ ਦਾਨੀ ਬਾਪਿਓ ਲੋ ਜੀ ਬਾਪਿਓ ਲੋ ਜੀ ਬਾਪਿਓ ਆਪਾਂ ਨੇ ਐਨ ਸਖਾਤੀ ਉਹ ਧੋਤੀ ਮਤਲਬ ਤੇ ਹੁਣ ਸਕਾਉਣ ਦੇ ਰੱਖੀ ਹੋਈ ਆ ਹਨਾ ਤੇ ਹੁਣ ਸੁੱਕ ਜਾਣੀ ਹਨਾ ਤੇ ਸੁੱਕ ਗਈ ਫਿਰ ਟਰੈਕਟਰ ਤੇ ਰਾਤ ਨੂੰ ਫਿੱਟ ਕਰ ਦਾਂਗੇ ਹਨਾ ਤੇ ਬਾਕੀ ਚਲੋ ਫਿਰ ਸੁੱਕ ਜਾਂਦੋ ਇਹਨੂੰ ਆਪਾਂ ਕੰਮ ਕਰਦੇ ਟਰੈਕਟਰ ਦਾ ਹਨਾ ਜੀ ਬਾਪਿਓ ਤੇ ਹੁਣ ਆਪਾਂ ਲੈਂਪ ਕਸਣ ਲੱਗੇ ਆ ਹਨਾ ਉਰੇ ਆ ਨਟਾ ਵਿੱਚ ਹਨਾ ਚੱਕੋ ਬਾਪਿਓ ਤੇ ਆਪਾਂ ਨੇ ਦੇਖੋ ਐ ਕਸ ਲਿਆ ਤੇ ਹੁਣ ਇਹਨੂੰ ਐ ਕਸਾਂਗੇ ਉੱਪਰ ਤੇ ਆ ਨਟ ਚ ਤਾਂ ਇਹਨੇ ਪੈਣਾ ਨਹੀਂ ਹੈਗਾ ਹਨਾ ਆ ਜਿਹੜਾ ਨਾਟਾ ਆਪਣਾ ਤੇ ਇੱਕ ਵਾਰ ਆਹ ਨਾਲ ਛਿਦਦੇ ਨੇ ਪੈਣਾ ਨਹੀਂ ਮਤਲਬ ਇੱਧਰ ਪਾਵਾਂਗੇ ਕਿਹੜੇ ਪੱਤੀ ਜੀ ਲੱਗੀ ਹੋਈ ਆ ਆ ਐਵੇਂ ਤੇ ਕਿਉਂਕਿ ਆਹ ਆ ਜੀ ਮੋਟੀ ਆ ਨਾ ਨੱਟ ਮੋਟਾ ਏ ਤੇ ਆਹ ਹਲਕੇ ਮਤਲਬ ਉਹ ਆ ਥੋੜੀ ਜੀ ਆਪਣੀ ਆ ਮਤਲਬ ਵੀ ਇਹਦੀ ਗਲੀ ਛੋਟੀ ਆ ਬਾਬਿਓ ਤੇ ਆਹ ਕਿਹੜੀ ਲੈਟ ਲਾਈਆਂ ਸੀਗੀ ਆਪਾਂ ਨੇ ਤੇ ਇਹ ਇੱਥੇ ਬੈਂਦੀਆਂ ਦੇਖੋ ਰੇਤੇ ਗੱਬੇ ਐਨ ਤੇ ਆ ਵਾਈਟ ਲੈਟਾਂ ਬਣੀਆਂ ਤੇ ਇਹ ਤਾਂ ਦੇਣਾ ਹਨਾ ਤੇ ਸ਼ਾਮ ਜੀ ਹੋ ਗਈ ਟਾਈਮ ਆਪਣਾ ਹੋ ਗਿਆ 5:40 ਤੇ ਹਨਾ ਵਧੀਆ ਹੈ ਨਾ ਕੰਮ ਇਹ ਵੀ ਕੈਂਡ ਬਣ ਗਿਆ ਬਾਬੇਓ ਆ ਗਏਨ ਓਕੇ ਜੀ ਰਿਪੋਰਟ ਤੇ ਬਾਕੀ ਹੁਣ ਸੋਣਾ ਲੱਗਦਾ ਹੈ ਨਾ ਤੇ ਬਾਕੀ ਆ ਲੈਟ ਆ ਵੀ ਆਪਾਂ ਚਲਾ ਕੇ ਦੇਖਦੇ ਹਾਂ ਜੇ ਹੁਣ ਚੱਲ ਪਈਆਂ ਨਹੀਂ ਬਾਕੀ ਸਵੇਰ ਨੂੰ ਦੇਖਾਂਗੇ ਓ ਜੀ ਬਾਬੇਓ ਤੇ ਕਰੋ ਚੈੱਕ ਹਨਾ ਆ ਵੀ ਆਪਾਂ ਨੇ ਚਲਾਤੀ ਲੈਟਾਂ ਦੇ ਨਾ ਕਰਕੇ ਜੇ ਦਿਖਦੀਆਂ ਨਹੀਂ ਹੈਗੀਆਂ ਹਨਾ ਤੇ ਬਾਕੀ ਉਹਨਾਂ ਰਾਤ ਨੂੰ ਮਿਲਦੇ ਆ ਤੁਹਾਨੂੰ ਤੇ ਲੱਟਾਂ ਆਪਾਂ ਨੇ ਚਲਾਤੀਆਂ ਵਾਇਰਿੰਗ ਕਰਤੀ ਸਾਰੀ ਹੈ ਨਾ ਇਹਨਾਂ ਦੀ ਤੇ ਸੁੱਚ ਲਾਉਣੀ ਰਹਿ ਗਈ ਕੱਲ ਨੂੰ ਲਿਆ ਕੇ ਲਾਉਣੀ ਪੈਣੀ ਆ ਜੀ ਬਾਬੇ ਉਹ ਕਰੋ ਚੈੱਕ ਤਾਂ ਪੂਰਾ ਰਾਤ ਵੀ ਨਹੀਂ ਹੋਈ ਹੈਗੀ ਹੈ ਨਾ ਆਹ ਲਾਈਟ ਦੇਖੋ ਪੂਰੀ ਚਾਨਣਾ ਪਾਉਂਦੀ ਹੈ ਨਾ ਇੱਧਰ ਆ ਲੱਟਾਂ ਦਾ ਚਾਨਣਾ ਦੇਖੋ ਤੇ ਦੇਖੋ ਪੂਰੀ ਐਂਡ ਗੱਲਵਾ ਤਾਂ ਆਹੀ ਲੱਟਾਂ ਨਾਲ ਬਣ ਗਈ ਹੈ ਤਾਂ ਆਪਾਂ ਨੇ ਥੱਲੇ ਲਾਉਣੀਆਂ ਲੱਟਾਂ ਨਾ ਤੇ ਕਰੋ ਚੈੱਕ ਇੱਧਰ ਪੂਰੀ ਗੱਲਵਾ ਤਾਂ ਐਂਡ ਬਣ ਗਈ ਹੈ ਟਰੈਕਟਰ ਦੀ ਦੇਖੋ ਹਨਾ ਪੂਰਾ ਰੰਗ ਅੰਡ ਗਲਵਾਤ ਹੋ ਗਈ ਬਾਬਿਓ ਤੇ ਅੱਜ ਦੀ ਮਿਹਨਤ ਦਾ ਆਪਾਂ ਨੂੰ ਉਹ ਮਿਲ ਗਿਆ ਤੇ ਡੈਕ ਪਰ ਦੇਖੋ ਆ ਆ ਲੈਟ ਸਾਹਮਣੋਂ ਬੰਬ ਬੰਬ ਲੱਗ ਰਹੀ ਹੈ ਕਿਹੜੀਆਂ ਪਿੱਛੇ ਲੈ ਡੈਕ ਬਾ ਪੈਂਦੀ ਹੈ ਨਾ ਹਜੇ ਫੋਨ ਵੇਜਾ ਜਮਾਈ ਪੱਦਾ ਜਾ ਰੰਗ ਲੱਗ ਰਿਹਾ ਬੜਾ ਸੋਹਣਾ ਇਹ ਗ੍ਰੀਨ ਹੈ ਨਾ ਪੂਰਾ ਗੂੜਾ ਗ੍ਰੀਨ ਤੇ ਬਾਕੀ ਇੰਡੀਕੇਟਰਾਂ ਦਾ ਕਾਲੂ ਆਪਾਂ ਨੇ ਕਰਤਾ ੜੀ ਮੋਡੀਫਿਕੇਸ਼ਨ ਓਕੇ ਹੈ ਨਾ ਤੇ ਨੈਕਸਟ ਬਲੌਗ ਵਿੱਚ ਦੇਖਦੇ ਆ ਜਿਆ ਨੀਚੇ ਵਾਲੇ ਡੱਟਾ ਪਰ ਆਊਗਾ ਹਨਾ ਤੇ ਜਾਲ ਇੰਡੀਕੇਟਰਾਂ ਦੀ ਮੋਡੀਫਿਕੇਸ਼ਨ ਪਰ ਆਊਗਾ ਨਵੀਂੋ ਬਾਬੇ ਅਜ ਤੱਕ ਕਿਸੇ ਨੇ ਨਹੀਂ ਕਰਾਈ ਹੈ ਨਾ ਕਿਹੜੀ ਮੈਂ ਕਰਾਉਣੀ ਆ ਮੋਡੀਫਿਕੇਸ਼ਨ ਬਾਕੀ ਕਿਸੇ ਨੇ ਕਰਾਈ ਤਾਂ ਹੋਈ ਨਹੀਂ ਬਾਕੀ ਮੈਨੂੰ ਪਤਾ ਨਹੀਂ ਹੈ ਨਾ ਤੇ ਵੈਸੇ ਮੇਰੇ ਹਿਸਾਬ ਨਾਲ ਤਾਂ ਕਿਸੇ ਨੇ ਨਹੀਂ ਕਰਾਈ ਹੋਈ ਹੈ ਨਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਓਕੇ ਬਾਬਿਓ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਕੈਨੇਡਾ ਜੇ ਬਲੌਗ ਦੇ ਵਿੱਚ ਬਾਏ ਬਾਏ